ਇਹ ਐਨਕਾਊਂਟਰ ਦੇ ਦੌਰਾਨ ਦੱਸਦੀ ਕਿ ਦੋਹਾਂ ਪਾਸਿਓਂ 24 ਰਾਊਂਡ ਫਾਇਰ ਹੋਏ ਨੇ ਯਾਨੀ ਕਿ 24 ਗੋਲੀਆਂ ਚੱਲੀਆਂ ਨੇ ਹਾਸ਼ਿਮ ਬਾਬਾ ਗਿਰੋਹ ਦੇ ਤਿੰਨ ਬਦਮਾਸ਼ ਕਾਬੂ ਕੀਤੇ ਗਏ ਨੇ ਗੋਕਲਪੁਰੀ ਮੈਟਰੋ ਸਟੇਸ਼ਨ ਦੇ ਨੇੜੇ ਐਨਕਾਊਂਟਰ ਹੋਇਆ ਤਸੀਲਮਪੁਰ ਇਲਾਕੇ ਦੇ ਵਿੱਚ ਅਰਬਾਜ਼ ਦੇ ਕਤਲ ਕੇਸ ਦੇ ਵਿੱਚ ਇਹ ਬਦਮਾਸ਼ ਜਿਹੜੇ ਨੇ ਉਹ ਲੜਿੰਦੇ ਸਨ ਕਿਉਂਕਿ ਸਿਲਮਪੁਰ ਇਲਾਕੇ ਦੇ ਵਿੱਚ ਬੀਤੇ ਤੋਂ ਬੀਤੇ ਦਿਨ ਇਹ ਘਟਨਾ ਵਾਪਰੀ ਸੀ ਜਦੋਂ ਅਰਬਾਜ਼ ਅਤੇ ਉਸਦੇ ਇੱਕ ਹੋਰ ਸਾਥੀ ਤੇ ਗੋਲੀਆਂ ਚਲਾਈਆਂ ਗਈਆਂ ਸਨ ਹਾਲਾਂਕਿ ਇਹ ਵੀ ਜ਼ਿਕਰਯੋਗ ਹੈ ਅਰਬਾਜ਼ ਦਾ ਜਿਹੜਾ ਭਰਾ ਹੈ ਉਹ ਵੀ करीब एक साल पहला इसे तरीके दे नाल फायरिंग दे विच मारिया गया सी और उस वेले अरबाज़ जिहड़ा है वह बच गया सी जख्मी हो गया सी तां हुण इह वी मुठभेड़ की खबर है दिल्ली दे विच एनकाउंटर होया और यह तस्वीरां तुहानूं दिखा रहे हां तां पुलिस अते बदमाशां दे विचाले गोलियां चलियां ने एनकाउंटर दे दौरान 24 राउंड फायर होए ने अंदाजा लगाया जा सकदा है कि किस तरीके दे नाल एनकाउंटर होएगा हाशिम बाबा गिरोह दा दस्सिया जा रहा है जिसके तीन बदमाश ने जिहड़े काबू कर ले गए ने तां गोकलपुरी मैट्रो स्टेशन दे नेड़े ਇਹ ਐਨਕਾਊਂਟਰ ਹੋਇਆ ਹੈ ਸਿਲਮਪੁਰੀ ਇਲਾਕੇ 'ਚ ਅਰਬਾਜ਼ ਦੇ ਕਤਲ ਕੇਸ 'ਚ ਇਹ ਬਦਮਾਸ਼ ਲੋੜਿੰਦੇ ਸਨ ਤਾਂ ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਉਸਦੇ ਕਤਲਕਾਂਡ ਦੇ ਨਾਲ ਜੁੜੇ ਹੋਏ ਇਹ ਮੁਲਜ਼ਮ ਨੇ ਜਿਨ੍ਹਾਂ ਨੂੰ ਲਗਾਤਾਰ ਪੁਲਿਸ ਭਾਲ ਰਹੀ ਸੀ ਦੋ ਦਿਨ ਤੋਂ ਲਗਾਤਾਰ ਅਸੀਂ ਕਹਿ ਸਕਦੇ ਹਾਂ ਕਿ ਲੱਭਿਆ ਜਾ ਰਿਹਾ ਸੀ ਕਿ ਗੋਲੀਆਂ ਚਲਾ ਕੇ ਜਿਹੜੇ ਇਹ ਫਰਾਰ ਹੋਏ ਨੇ ਉਹ ਕਿੱਥੇ ਗਏ।